ਜਾਣੇ ਪਹਿਚਾਣੇ ਅਰਥ ਸ਼ਾਸਤਰੀ ਨੇ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵੀ ਨੇ, ਡਾਕਟਰ ਆਰ ਐਸ ਘੁੰਮਣ ਜੀ, ਉਹ ਆਉਣ, ਉਹ ਆਪਣੀ ਗੱਲ ਰੱਖਣ। ਘੁੰਮਣ ਸਾਹਿਬ, ਇਹਨਾਂ ਤੋਂ ਬਾਅਦ ਬਾਈ ਹਮੀਰ ਸਿੰਘ ਜੀ, ਸਬ ਐਡੀਟਰ ਪੰਜਾਬੀ ਟ੍ਰਿਬਿਊਨ। ਕੋਈ ਗੱਲ ਨਹੀਂ, ਪ੍ਰੈਸ ਵੱਲੋਂ ਵੀ ਆਉਣੇ ਚਾਹੀਦੇ ਨੇ, ਪ੍ਰੈਸ ਦੀ ਗੱਲ ਜਾਣੀ ਚਾਹੀਦੀ, ਤੁਸੀਂ ਲਗਾਤਾਰ ਲਿਖਦੇ ਹੋ। ਹਮੀਰ ਸਿੰਘ ਜੀ ਇਹਨਾਂ ਤੋਂ ਬਾਅਦ ਤਿਆਰ ਹੈ, ਡਾਕਟਰ ਆਰ ਐਸ ਘੁੰਮਣ ਜੀ। ਮੰਚ ਤੇ ਬੈਠੇ ਸਾਥੀਓ ਤੇ ਸਾਹਮਣੇ ਹਾਲ ਚ ਬੈਠੇ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਖੇਤੀ ਵਿਰਾਸਤ ਮਿਸ਼ਨ, ਜਿਹਦੇ ਕੇਂਦਰ ਦੇ ਆਲੇ ਦੁਆਲੇ ਸਾਰਾ ਕੁਛ ਘੁੰਮ ਰਿਹਾ, ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ। ਕਿਉਂਕਿ ਘਾਟ ਇਹ ਨਹੀਂ ਹੈ ਕਿ ਲੋਕ ਨਹੀਂ ਜੁੜਦੇ, ਘਾਟ ਇਹ ਹੈ ਕਿ ਸ਼ੁਰੂਆਤ ਤੋਂ। ਸੋ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਦਵਿੰਦਰ ਜੀ ਨੇ, ਹੋਰ ਸਾਥੀਆਂ ਨੇ ਵੀ ਪਹਿਲਾਂ ਇਸ ਬਾਰੇ ਆਪਣੇ ਵਿਚਾਰ ਰੱਖੇ ਨੇ। ਮੈਂ ਵਿਗਿਆਨੀ ਤਾਂ ਬਿਲਕੁਲ ਨਹੀਂ, ਪਰ ਪੜ੍ਹਾਈ ਲਿਖਾਈ ਨਾਲ ਥੋੜ੍ਹਾ ਬਹੁਤਾ ਜੁੜੇ ਹੋਣ ਨਾਲ ਵਿਗਿਆਨਕ ਸੋਚ ਜ਼ਰੂਰ ਰੱਖਦਾ ਹੈ। ਅਤੇ ਮੈਨੂੰ ਲੱਗਦਾ ਕਿ ਵਿਗਿਆਨੀ ਤਾਂ ਸਾਰੇ ਸ਼ਾਇਦ ਨਹੀਂ ਬਣ ਸਕਦੇ, ਪਰ ਵਿਗਿਆਨਕ ਸੋਚ ਰੱਖਣਾ ਬੜੀ ਇੰਪੋਰਟੈਂਟ ਹੈ ਅਤੇ ਅਨੈਲਿਸਿਸ ਬੜਾ ਇੰਪੋਰਟੈਂਟ। ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਨੇ, ਮੈਨੂੰ ਕਾਫੀ ਉਸ ਤੋਂ ਗਿਆਨ ਵੀ ਹੋਇਆ ਅਤੇ ਮੈਂ ਰਿਪੀਟ ਵੀ ਨਹੀਂ ਕਰਾਂਗਾ। ਪਰ ਇੱਕ ਗੱਲ ਵੱਲ ਤੁਹਾਡਾ ਮੈਂ ਧਿਆਨ ਜ਼ਰੂਰ ਲਿਆਉਣਾ ਚਾਹਾਂਗਾ ਕਿ ਜਿਹੜਾ ਗ੍ਰੀਨ ਰੈਵੋਲਿਊਸ਼ਨ ਹੈ, ਉਸ ਦਾ ਅਸਰ ਅਸੀਂ ਦੇਖ ਚੁੱਕੇ ਹਾਂ। ਫਾਰਮਰਸ ਤੇ ਲੇਬਰਰ ਸੁਸਾਈਡ ਉੱਥੇ ਜ਼ਿਆਦਾ ਹੋ ਰਹੇ ਨੇ ਜਿੱਥੇ ਗ੍ਰੀਨ ਰੈਵੋਲਿਊਸ਼ਨ ਸਭ ਤੋਂ ਵੱਧ ਕਾਮਯਾਬ ਹੋਇਆ। ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਪਰ ਇਹਦਾ ਮਤਲਬ ਹੈ ਕਿ ਉਹ ਜਿਹੜੇ ਗ੍ਰੀਨ ਰੈਵੋਲਿਊਸ਼ਨ ਦੀ R&D ਸੀ ਅਤੇ ਟੈਕਨੋਲੋਜੀ ਸੀ, ਉਹਨੇ ਥੋੜ੍ਹੇ ਸਮੇਂ ਦਾ ਫਾਇਦਾ ਕਰਕੇ ਲੰਬੇ ਸਮੇਂ ਦਾ ਇੱਕ ਨੁਕਸਾਨ ਵੀ ਕੀਤਾ। ਇੱਕ ਤਾਂ ਗੱਲ ਇਹ ਮੈਂ ਕਹਿਣੀ ਚਾਹੁੰਦਾ ਸੀ, ਉਹਨੂੰ ਬਹੁਤ ਸਾਰੇ ਦੋਸਤਾਂ ਨੇ ਵਾਇਲੈਂਸ ਆਫ ਗ੍ਰੀਨ ਰੈਵੋਲਿਊਸ਼ਨ ਦਾ ਨਾਮ ਵੀ ਦਿੱਤਾ ਹੈ ਅਤੇ ਵਾਇਲੈਂਸ ਆਫ ਹੁਣ ਜਿਹੜੀ ਹੋਣ ਜਾ ਰਿਹਾ ਹੈ ਉਹ ਵਾਇਲੈਂਸ ਆਫ GM ਟੈਕਨੋਲੋਜੀ ਵੀ ਹੋਣ ਜਾ ਰਹੀ ਹੈ। ਇਹਦੇ ਬਾਰੇ ਗੱਲ ਹੋਰ ਮੈਂ ਕਹਿਣੀ ਚਾਹਾਂਗਾ ਕਿ ਇੱਕ ਖਾਸ ਕਿਸਮ ਦਾ ਟੈਰੋਰਿਜ਼ਮ ਜਾਂ ਟੈਰਰ ਜਿਹੜਾ ਹੈ ਉਹ ਹਿਊਮਨ ਸਾਈਕੀ 'ਚ ਜੀਨਸ ਰਾਹੀਂ ਨਹੀਂ, ਵਿਚਾਰਾਂ ਦੇ ਲੈਵਲ 'ਤੇ ਐਂਟਰ ਕਰਾਇਆ ਜਾ ਰਿਹਾ ਕਿ ਜੇ ਤੁਸੀਂ ਇਹ ਨਾ ਅਪਣਾਇਆ ਕਿਸਾਨੀ ਸੰਕਟ ਦਾ ਹੱਲ ਨਹੀਂ ਹੋਣਾ, ਖੇਤੀ ਦੇ ਸੰਕਟ ਦਾ ਹੱਲ ਨਹੀਂ ਹੋਣਾ, ਕਿਸਾਨਾਂ ਦੀ ਆਮਦਨ ਨਹੀਂ ਵਧਣੀ, ਜਾਂ ਇਹ ਹੋ ਜਾਣਾ ਕਿ ਤੁਹਾਨੂੰ ਅੱਛੇ ਬੀਜ ਨਹੀਂ ਮਿਲਦੇ। ਮੈਂ 1982 ਦੇ ਵਿੱਚ ਪੰਜਾਬੀ 'ਚ ਇੱਕ ਪੇਪਰ ਲਿਖਿਆ ਸੀ, ਮੈਂ ਪੰਜਾਬੀ ਯੂਨੀਵਰਸਿਟੀ ਸੀ ਉਦੋਂ, ਉਹ ਛਪਿਆ ਹੈ। ਮੈਂ ਸਾਰੇ ਦੋਸਤਾਂ ਨੂੰ ਕਹਾਂਗਾ ਕਿ ਉਹ ਕਿਤਾਬ ਜ਼ਰੂਰ ਲੈ ਲੈਣ, ਪਤਾ ਨਹੀਂ ਉਹ ਮਿਲਦੀ ਕਿ ਨਹੀਂ। ਪ੍ਰੋਫੈਸਰ ਨਿਰਮਲ ਸਿੰਘ ਆਜ਼ਾਦ ਜਿਹੜੇ ਹੁਣ ਨਹੀਂ ਰਹੇ ਉਹ ਐਡੀਟਰ ਸੀ ਉਹਦੇ, ਅਤੇ ਮੈਨੂੰ ਉਹਨਾਂ ਨੇ ਜ਼ਿੰਮੇਵਾਰੀ ਲਾਈ ਕਿ ਹਰੀ ਕ੍ਰਾਂਤੀ ਅਤੇ ਇਹਦੇ ਆਰਥਿਕ ਸਮਾਜਿਕ ਛਿੱਟੇ ਜਿਹੜੇ ਉਸ 'ਤੇ ਲਿਖੇ ਜਾਣ। ਕਾਫੀ 3-4 ਮਹੀਨੇ, ਕਿਉਂਕਿ ਮੈਂ ਯੰਗ ਸਕਾਲਰ ਸੀ, ਬੜਾ ਔਖਾ ਸੀ ਉਦੋਂ ਸਾਰਾ ਸਮੇਟਣਾ ਸਾਰਾ ਕੁਛ, 3-4 ਮਹੀਨੇ ਲਾ ਕੇ ਮੈਂ ਡਿਗ ਆਊਟ ਕੀਤਾ ਕਿ ਇਹ ਗਲੋਬਲ ਖੇਤੀ ਬਿਜ਼ਨਸ ਨਾਲ ਜੁੜੀ ਹੋਈ ਹਰੀ ਕ੍ਰਾਂਤੀ ਹੈ। ਇਹ ਇਸੇ ਲਈ ਮੈਂ ਜਦੋਂ ਹੁਣ ਵੀ ਗੱਲ ਕਰਦਾ ਤਾਂ ਪੰਜਾਬ ਦੇ ਲੋਕਾਂ ਦੀ ਝੋਨੇ ਨਾਲ ਪੱਗ ਨਹੀਂ ਵੱਟੀ ਹੋਈ, ਇਹ ਪੰਜਾਬ ਦੇ ਲੋਕਾਂ 'ਤੇ ਥੋਪਿਆ ਗਿਆ, ਭਾਵੇਂ ਉਹ ਕੇਂਦਰ ਸਰਕਾਰ ਦੀ ਨੀਤੀ ਸੀ, ਭਾਵੇਂ ਗਲੋਬਲ ਐਗਰੀ ਬਿਜ਼ਨਸ ਦੀ ਨੀਤੀ ਸੀ। ਅਤੇ ਗਲੋਬਲ ਜਦੋਂ ਹਰੀ ਕ੍ਰਾਂਤੀ ਆਉਂਦੀ ਹੈ ਤਾਂ ਉਹਦੇ ਨਾਲ ਟਿਊਬਵੈੱਲਾਂ ਦੀ ਗਿਣਤੀ, ਉਹਦੇ ਨਾਲ ਟਰੈਕਟਰਾਂ ਦੀ ਗਿਣਤੀ, ਹੋਰ ਮਸ਼ੀਨਰੀ ਦੀ ਗਿਣਤੀ, ਅਤੇ ਉਹ ਮਸ਼ੀਨਰੀ ਦਾ ਫਾਇਦਾ ਕਿਹਨੂੰ ਹੋ ਰਿਹਾ? ਕਿਸਾਨ ਨੂੰ ਇੱਕ ਲਿਮਿਟਡ ਪੀਰੀਅਡ ਤੋਂ ਬਾਅਦ ਉਹਦਾ ਨੁਕਸਾਨ ਹੀ ਹੋਇਆ। ਅੱਜ ਆਪਾਂ ਦੇਖ ਰਹੇ,
ਸੋ ਜਿਸ ਕਿਸਮ ਦੇ ਗਲੋਬਲ ਜਾਂ ਸੰਸਾਰ ਦੇ ਲੈਵਲ ਤੇ ਜਿਹੜਾ ਖੇਤੀ ਬਿਜ਼ਨਸ ਵੱਡੀਆਂ ਕੰਪਨੀਆਂ ਜਾਂ ਡਿਵੈਲਪ ਕੰਟਰੀ ਚਲਾ ਰਹੇ ਨੇ ਉਸੇ ਕਿਸਮ ਦਾ ਇਹ ਸੰਦਰਭ ਹੈ ਤੇ ਮੈਨੂੰ ਲੱਗਦਾ ਉਸ ਚ ਜੋੜ ਕੇ ਦੇਖਣ ਦੀ ਲੋੜ ਹੈ। ਹੁਣ ਆਓ ਕਿ ਇਹਨਾਂ ਦੇ ਕਲੇਮ ਕੀ ਨੇ। ਕੁਝ ਦੋਸਤਾਂ ਨੇ ਕਾਫੀ ਵਿਸਤਾਰ ਚ ਪਹਿਲਾਂ ਵੀ ਦੱਸਿਆ ਕਿ ਜਿਹੜੇ ਇਸਦੇ ਹੱਕ ਚ ਨੇ ਜਾਂ ਵਿਰੋਧ ਚ ਨੇ ਉਹ ਇੱਕ ਸਵਾਲ ਪੁੱਛਦੇ ਨੇ ਕਿ ਇਹ ਫੰਡਾਮੈਂਟਲੀ ਕੋਈ ਨਵੀਂ ਟੈਕਨੋਲੋਜੀ ਹੈ ਜਾਂ ਨਹੀਂ। ਇਹਦੇ ਬਾਰੇ ਕਾਫੀ ਵਾਦ ਵਿਵਾਦ ਹੈ ਤੇ ਜਿਵੇਂ ਪ੍ਰੋਫੈਸਰ ਏ ਪੀ ਸਮਾਨ ਹੋਰੀ ਕਹਿ ਰਹੇ ਸੀ ਕਿ ਜੇ ਸੱਚ ਹੈ ਤਾਂ ਫਿਰ ਹਰ ਜਗ੍ਹਾ ਹੀ ਸੱਚ ਹੋਣਾ ਚਾਹੀਦਾ ਤੇ ਜੇ ਝੂਠ ਹੈ ਤਾਂ ਹਰ ਜਗ੍ਹਾ ਝੂਠ ਹੋਣਾ ਚਾਹੀਦਾ। ਫਿਰ ਇਹ ਵਾਦ ਵਿਵਾਦ ਕਿਉਂ? ਨਾ ਇਹ ਨਵੀਂ ਟੈਕਨੋਲੋਜੀ ਹੈ ਬਿਲਕੁਲ, ਨਾ ਇਹ ਬਿਲਕੁਲ ਪੁਰਾਣੀ ਟੈਕਨੋਲੋਜੀ ਹੈ। ਕਿਸਾਨ ਪਹਿਲਾਂ ਵੀ ਜਦੋਂ ਖੇਤੀ ਯੂਨੀਵਰਸਿਟੀਆਂ ਜਾਂ ਮਾਡਰਨ ਸਾਇੰਸ ਨਹੀਂ ਹੋਣ ਉਦੋਂ ਵੀ ਤਜਰਬੇ ਕਰਦਾ ਰਹਿੰਦਾ ਸੀ। ਦੂਜੀ ਗੱਲ ਹੈ ਕਿ ਕੀ ਜੀ ਐਮ ਫੂਡ ਮਨੁੱਖੀ ਸਿਹਤ ਲਈ, ਪਸ਼ੂ ਪੰਛੀਆਂ ਲਈ ਜਾਂ ਵਾਤਾਵਰਨ ਲਈ ਸੇਫ ਹੈ ਕਿ ਨਹੀਂ, ਇਹਦੇ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਹੋ ਸਕਿਆ, ਸੈਟਲ ਨਹੀਂ ਹੋ ਸਕਿਆ ਇਹ ਸੇਫ ਹੈ ਜਾਂ ਅਨਸੇਫ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਜੋ ਕੁਛ ਪਹਿਲਾਂ ਜਿਸ ਕਿਸਮ ਦੀਆਂ ਕਰੋਪਸ ਆਈਆਂ ਨੇ ਤਾਂ ਉਹਦੇ ਵਿੱਚੋਂ ਅਨਸੇਫ ਜ਼ਿਆਦਾ ਨਿਕਲਿਆ, ਸੇਫ ਘੱਟ ਨਿਕਲਿਆ। ਕਈ ਦੋਸਤ ਇਹ ਦਲੀਲ ਦਿੰਦੇ ਨੇ ਕਿ ਇਹ ਇੱਕ ਟ੍ਰੇਡ ਆਫ ਹੈ ਲਾਗਤ ਤੇ ਲਾਭ, ਕਿ ਅੱਜ ਮਰਨਾ ਕਿ ਕੱਲ ਮਰਨਾ, ਕਿ ਤੁਸੀਂ ਇਹ ਆਰਗੂਮੈਂਟ ਵੀ ਦਿੰਦੇ ਨੇ ਕਿ ਅੱਜ ਭੁੱਖੇ ਰਹਿ ਕੇ ਮਰਨਾ ਜਾਂ ਕੱਲ ਨੂੰ ਬਿਮਾਰੀਆਂ ਨੇ ਮਰਨਾ। ਮੈਨੂੰ ਲੱਗਦਾ ਇਹਦੇ ਬਾਰੇ ਵੀ ਇੱਕ ਡਿਬੇਟ ਕਰਨ ਦੀ ਲੋੜ ਹੈ। ਇਹ ਉਸੇ ਕਿਸਮ ਦਾ ਇੱਕ ਟੈਰੋਰਿਜ਼ਮ ਵੀ ਹੈ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ, ਜਿਵੇਂ ਡਿਵੈਲਪਮੈਂਟ ਟੈਰੋਰਿਜ਼ਮ ਹੈ ਜਾਂ ਮੈਡੀਕਲ ਟੈਰੋਰਿਜ਼ਮ ਹੈ, ਬਹੁਤ ਸਾਰੇ ਤੁਹਾਡੇ ਜਾਂ ਇੱਕ ਇੱਕ ਹਿਡਨ ਏਜੰਡਾ ਹੈ ਕਿ ਤੁਸੀਂ ਪਬਲਿਕ ਰਨ ਸਿਸਟਮ ਸਪੋਰਟ ਪਾਲਿਸੀਜ਼ ਕੋਲੈਪਸ ਕਰਦੇ ਹੋ। ਤੇ ਮੈਨੂੰ ਯਾਦ ਆਉਂਦਾ ਕਿ 1830 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਜੇ ਹਿੰਦੁਸਤਾਨ ਤੇ ਪੱਕੇ ਤੌਰ ਤੇ ਰਾਜ ਕਰਨਾ ਹੈ ਤਾਂ ਇਹਦੇ ਸਿੱਖਿਆ ਤੇ ਸੰਸਕ੍ਰਿਤੀ ਨੂੰ ਤਬਾਹ ਕਰ ਦਿਓ। ਸ਼ਾਇਦ ਉਸੇ ਕਿਸਮ ਦਾ ਇਹ ਉਪਰਾਲਾ ਹੈ ਇੱਕ ਡਿਵੈਲਪਡ ਵਰਲਡ ਤੇ ਉਹਨਾਂ ਦੀਆਂ ਕੰਪਨੀਆਂ ਵੱਲੋਂ ਕਿ ਕਿਸ ਕਿਸਮ ਨਾਲ ਇੱਥੋਂ ਦੇ ਜਿਹੜਾ ਲੋਕਲ ਕਰੋਪ ਸਿਸਟਮ ਹੈ, ਲੋਕਲ ਰਿਸਰਚ ਹੈ, ਉਹਨੂੰ ਡਿਸਟਰੋਏ ਕਿਵੇਂ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਮੋਨੋਪਲੀ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਤੇ ਜਦੋਂ ਇਹਨੂੰ ਅਸੀਂ ਇਕਨੋਮਿਕਸ ਮੋਨੋਪੋਲੀ ਵੀ ਕਹਿੰਦੇ ਕਿ ਵੇਚਣ ਵਾਲਾ ਮੋਨੋਪਲੀ ਵੇਚਣ ਵਾਲਾ ਇੱਕ ਹੋਏਗਾ, ਖਰੀਦਣ ਵਾਲੇ ਕਈ ਅਰਬਾਂ ਹੋਣਗੇ, ਤੇ ਉੱਥੇ ਫਿਰ ਮੋਨੋਪਲੀ ਦਾ ਜਿਹੜਾ ਬੈਨੀਫਿਟ ਹੈ ਤੇ ਮੋਨੋਪਲੀ ਰੈਂਟ ਹੈ ਏਕਾਧਿਕਾਰੀ ਦਾ ਉਹ ਵੀ ਹੋਏਗਾ। ਤੀਜੀ ਗੱਲ ਜਿਹੜੀ ਹੈ ਕਿ ਇਹ ਜਿਹੜੀਆਂ ਜੀ ਐਮ ਕਰੋਪਸ ਨੇ ਇਹ ਸੰਸਾਰ ਦੀ ਜਿਹੜੀ ਹੰਗਰ ਹੈ, ਭੁੱਖ ਹੈ ਜਾਂ ਭੁੱਖਮਰੀ ਹੈ ਕੀ ਉਹਨੂੰ ਘਟਾਉਣਗੇ ਕਿ ਨਹੀਂ ਘਟਾਉਣਗੇ, ਇਹਦੇ ਬਾਰੇ ਵੀ ਹੈ। ਜਿਵੇਂ ਜੇ ਦੋਸਤਾਂ ਦੀ ਗੱਲ ਮੰਨੀਏ ਜਿਹੜਾ ਜੇ ਪ੍ਰੋਡਕਸ਼ਨ ਨਹੀਂ ਵਧਾਉਂਦੀ ਜਾਂ ਯੀਲਡ ਨਹੀਂ ਵਧਾਉਂਦੀ ਤਾਂ ਹੰਗਰ ਇਹ ਕਿਵੇਂ ਮਿਟਾਏਗੀ। ਮੈਂ ਇਕੱਲਾ ਜੀ ਐਮ ਮਸਟਰਡ ਤੇ ਗੱਲ ਨਹੀਂ ਕਰ ਰਿਹਾ, ਮੇਰਾ ਜਿਹੜਾ ਵਰੀ ਹੈ ਉਹ ਸਹੇ ਦੀ ਨਹੀਂ ਹੈ, ਪਏ ਦੀ ਹੈ ਕਿ ਕਿਸਾਨ ਜਿਹੜਾ ਉਹਦੇ ਖੇਤ ਚੋਂ ਸਹਿ ਲੰਘ ਗਿਆ ਤੇ ਉਹ ਕਹਿੰਦਾ ਬੜਾ ਉਹਨੂੰ ਬੁਰਾ ਫੀਲ ਹੋਇਆ, ਰੋਣ ਲੱਗ ਗਿਆ, ਤੇ ਦੂਜਾ ਕਹਿੰਦਾ ਯਾਰ ਸਹਿ ਹੀ ਲੰਘਿਆ ਫਿਰ ਕੀ ਹੋ ਗਿਆ, ਕਹਿੰਦਾ ਭਾਈ ਸਾਹਿਬ ਗੱਲ ਸਹਿ ਦੀ ਨਹੀਂ ਗੱਲ ਪਏ ਦੀ ਆ, ਪਿਆ ਪੈਣਾ ਇਹ ਐਂਟਰੀ ਹੈ। ਸੋ ਇਸ ਕਿਸਮ ਦੀ ਐਂਟਰੀ ਜੇ ਕਰਵਾਉਣੀ ਹੈ ਤਾਂ ਪਬਲਿਕ ਡੋਮੇਨ 'ਚ ਡਿਬੇਟ ਹੋ ਕੇ ਆਵੇ ਅਤੇ ਉਸ ਤੋਂ ਬਾਅਦ ਜੇ ਠੀਕ ਆ ਤਾਂ ਲਿਆਂਦੀ ਜਾਵੇ, ਜੇ ਗਲਤ ਆ ਤਾਂ ਨਾ ਲਿਆਂਦੀ ਜਾਵੇ। ਇਸ ਦੇ ਨਾਲ ਹੀ ਹੈਲਥ ਦਾ ਮੈਂ ਪਹਿਲਾਂ ਗੱਲ ਕਰ ਚੁੱਕਿਆ, ਲੇਬਲਿੰਗ ਬੜੀ ਇੰਪੋਰਟੈਂਟ ਹੈ ਕਿ ਜੀ ਐਮ ਹੈ ਕਿ ਨਹੀਂ ਜੀ ਐਮ। ਅੱਜ ਦੁਨੀਆ ਦੇ 4 ਦੇਸ਼ਾਂ ਨੂੰ ਛੱਡ ਕੇ ਜਿਹਦੇ 'ਚ ਅਮਰੀਕਾ, ਬ੍ਰਾਜ਼ੀਲ, ਇੱਕ ਦੋ ਹੋਰ ਨੇ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਕੰਟਰੀਜ਼ ਨੇ ਜਾਂ ਤਾਂ ਉਹਨੂੰ ਨਾ ਕੀਤੀ ਹੈ ਇਸ ਜੀ ਐਮ ਨੂੰ, ਜਾਂ ਉਹ ਡਿਬੇਟ ਚੱਲ ਰਹੀ ਹੈ। ਯੂਰਪ ਸਾਰੇ 'ਚ ਡਿਬੇਟ ਚੱਲ ਰਹੀ ਹੈ, ਅਮੈਰੀਕਾ 'ਚ ਡਿਬੇਟ ਚੱਲ ਰਹੀ ਹੈ, ਅਤੇ ਜੇ ਉੱਥੇ ਡਿਬੇਟ ਚੱਲ ਰਹੀ ਹੈ ਤਾਂ ਇੱਥੇ ਡਿਬੇਟ ਚਲਾਉਣੀ ਬੜੀ ਜ਼ਰੂਰੀ ਹੈ।
ਜਿਸ ਤਰ੍ਹਾਂ ਮੈਂ ਡੀਮੋਨੇਟਾਈਜੇਸ਼ਨ ਬਾਰੇ ਲਿਖਿਆ ਸੀ ਕਿ ਡਿਸਓਨੈਸਟ ਪ੍ਰੋਮਿਸ ਹੈ, ਸ਼ਾਇਦ ਦੋਸਤਾਂ ਨੇ ਪੜ੍ਹਿਆ ਹੋਏਗਾ 31 ਦਸੰਬਰ 2016 ਨੂੰ, ਕਿਉਂਕਿ ਉਹ ਫੰਡਾਮੈਂਟਲ ਹੀ ਗਲਤ ਸਨ। ਉਹਦਾ ਇੱਕ ਬਾਈਪ੍ਰੋਡਕਟ ਦੇ ਤੌਰ 'ਤੇ ਡੀਮੋਨੇਟਾਈਜੇਸ਼ਨ ਦਾ ਫਾਇਦਾ ਬੇਸ਼ੱਕ ਹੋ ਜਾਵੇ, ਪਰ ਫੰਡਾਮੈਂਟਲਸ ਗਲਤ ਸੀ। ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਇਹਦੇ ਫੰਡਾਮੈਂਟਲਸ ਗਲਤ ਨੇ। ਜਿਸ ਫੰਡਾਮੈਂਟਲਸ 'ਤੇ ਇਹ ਟੈਕਨੋਲੋਜੀ ਲਿਆਂਦੀ ਜਾ ਰਹੀ ਹੈ ਉਹ ਫੰਡਾਮੈਂਟਲਸ ਕੁਐਸਚਨੇਬਲ ਨੇ, ਉਹਦੇ ਬਾਰੇ ਉਹਦਾ ਸੋਚਣ ਵਿਚਾਰਨ ਦੀ ਲੋੜ ਹੈ। ਇਨਵਾਇਰਮੈਂਟ ਦੇ ਉੱਪਰ ਕੀ ਇਹਦਾ ਅਸਰ ਹੋਇਆ ਇਹ ਵੀ ਸਾਨੂੰ ਨਹੀਂ ਪਤਾ, ਕਿਉਂਕਿ ਇਨਵਾਇਰਮੈਂਟ ਦੇ ਉੱਪਰ ਤੁਸੀਂ 3 ਸਾਲ ਤਜਰਬਾ ਤਾਂ ਕਰ ਲਿਆ, ਪਰ ਇਨਵਾਇਰਮੈਂਟ ਸ਼ਾਇਦ 3 ਸਾਲਾਂ 'ਚ ਪਰਫੈਕਟ ਨਹੀਂ ਹੁੰਦਾ ਅਤੇ ਨਾ ਹੀ ਆਪਾਂ ਨੂੰ ਬੜਾ ਪਤਾ ਲੱਗਦਾ ਹੈ, ਇੱਕ ਲੰਬੇ ਸਮੇਂ 'ਚ ਹੁੰਦਾ। ਇਸੇ ਤਰ੍ਹਾਂ ਕਈ ਵਾਰੀ ਹਿਊਮਨ ਹੈਲਥ ਜਿਹੜੀ ਕਿ ਹੁਣ ਅੱਜ ਹੀ ਜ਼ਹਿਰਾਂ ਖਾ ਖਾ ਕੇ ਸਾਡੀ ਇੱਕ ਰਜਿਸਟੈਂਸ ਬਣੀ ਹੋਈ ਹੈ, ਸ਼ਾਇਦ ਇੰਨੀ ਜਲਦੀ ਹਿਊਮਨ ਹੈਲਥ 'ਤੇ ਵੀ ਉਹ ਅਸਰ ਨਾ ਹੋਵੇ ਅਤੇ ਇਹਨੂੰ ਲੰਬੇ ਸਮੇਂ ਤੱਕ ਟਰਾਇਲ 'ਤੇ ਪੁੱਟ ਕਰਨ ਦੀ ਲੋੜ। ਹੁਣ ਸਿਰਫ 2-3 ਗੱਲਾਂ ਜਿਹੜੀਆਂ ਮੈਂ ਹੋਰ ਕਰਨੀਆਂ ਨੇ, ਉਹ ਇਹ ਕਿ ਇੱਕ ਟ੍ਰਾਇੰਗਲ ਬਣੀ ਹੋਈ ਹੈ। ਇੱਕ ਗ੍ਰੀਨ ਰੈਵੋਲਿਊਸ਼ਨ ਸਿਰਫ ਹਿੰਦੁਸਤਾਨ 'ਚ ਨਹੀਂ ਆਇਆ, ਬਹੁਤ ਕੰਟਰੀ 'ਚ ਆਇਆ। ਉਸ ਤੋਂ ਪਹਿਲਾਂ ਆਰਗੈਨਿਕ ਨੈਚੁਰਲ ਫਾਰਮਿੰਗ ਦੁਨੀਆ 'ਤੇ ਹੋ ਰਹੀ ਸੀ, ਹਿੰਦੁਸਤਾਨ 'ਚ ਵੀ ਹੋ ਰਹੀ ਸੀ, ਪੰਜਾਬ 'ਚ ਵੀ ਹੋ ਰਹੀ ਸੀ। ਇੱਕ ਹਿੱਸਾ ਉਹ ਹੈ, ਉੱਥੋਂ ਆਪਾਂ ਆਰਗੈਨਿਕ ਫਾਰਮਿੰਗ ਤੋਂ ਤੁਰਦੇ ਹਾਂ ਕੈਮੀਕਲ ਫਾਰਮਿੰਗ ਵੱਲ। ਕੈਮੀਕਲ ਫਾਰਮਿੰਗ ਜਦੋਂ ਸਟੈਗਨੇਟ ਹੋ ਗਿਆ ਹੁਣ ਇਸ ਗਿਵਨ ਟੈਕਨੋਲੋਜੀ ਅਤੇ R&D ਨਾਲ, ਅਤੇ ਅਸੀਂ ਦੁਨੀਆ ਨੂੰ ਲਾ ਰਹੇ ਹਾਂ ਪਿੱਛੇ GM ਟੈਕਨੋਲੋਜੀ। ਪਰ ਘੱਟੋ ਘੱਟ ਜਿਹੜੀ ਚੀਜ਼ ਹਿਊਮਨ ਹੈਲਥ ਨੂੰ, ਇਨਵਾਇਰਮੈਂਟ ਨੂੰ, ਐਨੀਮਲ ਫਲੋਰਾਫੌਨਾ ਨੂੰ ਇੰਪੈਕਟ ਕਰਦੀ ਹੈ, ਉਸ ਨੂੰ ਬੜੀ ਸੰਜੀਦਗੀ ਨਾਲ ਐਕਸਪੈਰੀਮੈਂਟ ਕਰਨ ਦੀ ਲੋੜ ਹੈ ਅਤੇ ਬਿਨਾਂ ਵਜ੍ਹਾ ਉਹਨੂੰ ਅਪਲਾਈ ਕਰਨ ਦੀ ਲੋੜ ਨਹੀਂ। ਜਦੋਂ ਆਪਾਂ WTO ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਜਿਹੜੀ ਅਸੀਂ ਜਦੋਂ 1993 ਦੇ ਵਿੱਚ WTO ਦਾ ਡਰਾਫਟ ਆਇਆ, ਡੰਕਨ ਡਰਾਫਟ, ਅਤੇ ਫਿਰ ਅਪ੍ਰੈਲ 94 'ਚ ਮਰਾਕਸ ਦੀ 117 ਕੰਟਰੀ ਸਹੀ ਪਾਉਂਦੇ ਨੇ ਅਤੇ ਜਨਵਰੀ 95 ਤੋਂ ਇਹ ਲਾਗੂ ਹੁੰਦਾ ਹੈ, ਤਾਂ ਅਸੀਂ ਪੰਜਾਬ 'ਚ ਇਹ ਕ੍ਰੈਡਿਟ ਲੈ ਸਕਦੇ ਮੇਰੇ ਨਾਲ ਪ੍ਰੋਫੈਸਰ ਗਿੱਲ ਵੀ, ਕਿ ਅਸੀਂ ਇਹਦੇ ਬਾਰੇ ਕਾਫੀ ਕਾਫੀ ਜ਼ਿਆਦਾ WTO ਬਾਰੇ ਇੱਕ ਅਵੇਅਰਨੈਸ ਕਿਸਾਨਾਂ ਦੇ ਵਿੱਚ ਵੀ ਹੋਰ ਸਾਰੇ ਪਬਲਿਕ ਲੈਕਚਰ ਕੀਤਾ। ਉਹਦੇ ਵਿੱਚ ਇੱਕ ਗੱਲ ਸਾਨੂੰ ਜਿਹੜੀ ਲੱਗ ਰਹੀ ਸੀ ਕਿ ਟਰਮੀਨੇਟਰ ਸੀਡ ਟੈਕਨੋਲੋਜੀ, ਐਗਰੀਮੈਂਟ ਔਨ ਐਗਰੀਕਲਚਰ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ, ਉਹ ਦੋ ਗੱਲਾਂ ਬੜੀਆਂ ਇੰਪੋਰਟੈਂਟ ਨੇ। ਜਿਵੇਂ ਦਵਿੰਦਰ ਜੀ ਗੱਲ ਕਰ ਰਹੇ ਸੀ ਉਹ ਜੀਨ ਉਸੇ ਕੋਲ ਹੀ ਆ, ਉਹ ਜਦੋਂ ਬਿਮਾਰੀ ਪਈ ਉਹਦੇ ਕੋਲ ਮਿਲਣਾ, ਇਹ ਟਰਮੀਨੇਟਰ ਸੀਡ ਟੈਕਨੋਲੋਜੀ ਕੀ ਹੈ ਕਿ ਤੁਸੀਂ ਅੱਜ ਜਾਂ PAU ਜਾਂ ਹੋਰ ਯੂਨੀਵਰਸਿਟੀਆਂ ਬੀਜ ਤਿਆਰ ਕਰ ਲੈਂਦੀਆਂ ਨੇ, ਜਾਂ ਕਿਸਾਨ ਇਸ ਸਾਲ ਦਾ ਬੀਜ ਅਗਲੇ ਸਾਲ ਸੋਚ ਕੇ ਵਰਤ ਲੈਂਦਾ, ਉਹ ਨਹੀਂ ਵਰਤੋਗੇ ਫਿਰ ਤੁਸੀਂ, ਕਿਉਂਕਿ ਇੱਕ ਵਰਡ ਯੂਜ ਕੀਤਾ ਸੀ ਇੰਪੋਰਟੈਂਟ। ਇਹ ਬੀਜ ਦੀ ਪੋਟੈਂਸ਼ੀਅਲ ਸਿਰਫ ਤੇ ਸਿਰਫ ਇੱਕ ਫਸਲ ਲਈ ਹੋਏਗੀ, ਟਰਮੀਨੇਟਰ ਸੀਡ ਟੈਕਨੋਲੋਜੀ ਇਹੀ ਕਹਿੰਦੀ ਹੈ, ਅਤੇ ਉਸ ਤੋਂ ਬਾਅਦ ਜਿਹੜੀ ਵੀ ਇਸ ਦਾ ਸਪਲਾਇਰ ਹੋਏਗਾ, ਮੈਂ GM ਸਰਸੋਂ ਦੀ ਗੱਲ ਨਹੀਂ ਕਹਿੰਦਾ ਕਰ ਰਿਹਾ, ਕਿਉਂਕਿ ਕੱਲ੍ਹ ਨੂੰ ਹੋਰ ਕੰਪਨੀਆਂ ਵੀ ਆਉਣਗੀਆਂ, ਇਹੀ ਕੰਪਨੀਆਂ ਹੋਰ ਫਸਲਾਂ ਲਿਆਉਣਗੀਆਂ, ਤਾਂ ਉਹ ਟਰਮੀਨੇਟਰ ਸੀਡ ਟੈਕਨੋਲੋਜੀ ਜਿਹੜੀ ਹੈ ਉਹਦੀ ਪੋਟੈਂਸੀ ਉਸ ਸੀਡ ਦੀ 1 ਸਾਲ ਲਈ ਹੋਣੀ ਹੈ, ਅਤੇ ਮੁੜ ਕੇ ਤਿਆਰ ਹੋਵੋ ਫਿਰ ਉਸੇ ਕੰਪਨੀ ਤੋਂ ਬੀਜ ਖਰੀਦਣ ਲਈ। ਸੋ ਇਹਦਾ ਮਤਲਬ ਹੈ ਕਿ ਤੁਹਾਡਾ ਆਪਣਾ ਜਿਹੜਾ R&D ਹੈ ਪਬਲਿਕ ਸੈਕਟਰ ਦਾ, ਉਹਨੂੰ ਵੀ ਕੁਝ ਸਾਲਾਂ 'ਚ ਬੈਕਗਰਾਊਂਡ ਚੱਲ ਜੂਗਾ, ਅਤੇ ਫਿਰ ਉਸ ਤੋਂ ਬਾਅਦ ਲੱਭਿਆ ਕਰਾਂਗੇ ਕਿ ਉਹ ਕਿੱਥੇ ਆ। ਇਹਦੇ ਨਾਲ ਜੁੜੀ ਹੈ ਗੱਲ R&D ਅਤੇ ਫੰਡਿੰਗ ਦੀ, ਕਿ ਜਿਹੜੀ ਖੋਜ ਅਤੇ ਵਿਕਾਸ ਹੈ ਉਹਨੂੰ ਫੰਡਿੰਗ ਕੌਣ ਕਰਦਾ, ਉਹਨੂੰ ਪੈਸੇ ਕੌਣ ਦਿੰਦਾ। ਅੱਜ ਸਾਇੰਟਿਸਟ ਜਿਹੜੇ ਨੇ, ਮੈਂ ਨਹੀਂ ਕਹਿੰਦਾ ਕਿ ਉਹ ਗਲਤ ਨੇ ਜਾਂ ਠੀਕ ਨੇ, ਪਰ ਜੇ ਉਹਨਾਂ ਨੂੰ ਇੰਨੇ ਵੱਡੇ ਸੈਲਰੀਜ਼, ਇੰਨੇ ਵੱਡੇ ਪਰਕਸ ਜਿਹੜਾ ਬੰਦਾ ਦੇ ਸਕਦਾ, ਉਸ ਕਿਸਮ ਦੀ ਰਿਸਰਚ ਹੀ ਉਹ ਕਰਾਏਗਾ, ਤੁਹਾਡੀ ਜਾਂ ਲੋਕਾਂ ਦੀ ਰਿਸਰਚ ਨਹੀਂ ਹੋਣੀ। ਇਸੇ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਕਿ ਪਬਲਿਕ ਸੈਕਟਰ ਦੀ ਇੱਕ ਪ੍ਰੋ ਪੀਪਲ ਪਬਲਿਕ ਸੈਕਟਰ ਬਹੁਤ ਇੰਪੋਰਟੈਂਟ ਹੈ, ਜਿਹੜਾ ਨਾ ਕੇਵਲ ਇਸ ਕਿਸਮ ਦੀ R&D ਕਰ ਸਕੇ, ਸਗੋਂ ਉਹ ਕੰਪਨੀਆਂ ਨੂੰ ਕੰਪੀਟ ਵੀ ਕਰ ਸਕੇ, ਉਹਨਾਂ ਦੀ ਮੋਨੋਪਲੀ ਨਾ ਬਣਨ ਦੇਵੇ। ਸੋ ਇਹ ਸਾਰਾ ਕੁਛ ਜਿਹੜਾ ਇਹ ਧਿਆਨ 'ਚ ਰੱਖਣ ਦੀ ਲੋੜ ਹੈ, ਅਤੇ ਨਾਲ ਜਿਹੜਾ ਹੈ ਕਿ ਫੂਡ ਸਿਕਿਉਰਿਟੀ ਜਾਂ ਇਨਸਿਕਿਉਰਿਟੀ ਤੋਂ ਇੱਕ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ,
ਮੈਂ ਕਦੇ ਪੜ੍ਹ ਰਿਹਾ ਸੀ ਕਿ 2050 ਤੱਕ 1200 ਕਰੋੜ ਵਰਲਡ ਦੀ ਪਾਪੂਲੇਸ਼ਨ ਹੋ ਜਾਣੀ ਹੈ। ਉਹ ਇਹਨਾਂ ਦੇ ਐਸਟੀਮੇਟ ਨੇ, ਉਹ ਇਹਨਾਂ ਨੇ ਕਿਹਾ ਹੈ ਕੰਪਨੀਆਂ ਨੇ ਕਿ ਤੁਹਾਨੂੰ ਜੇ 1200 ਕਰੋੜ ਹੋ ਗਈ ਤਾਂ ਤੁਹਾਨੂੰ ਫੂਡ ਸਿਕਿਉਰਿਟੀ ਨਹੀਂ ਮਿਲਣੀ, ਪਰ 2050 ਤੱਕ ਵਰਲਡ ਦੀ ਪਾਪੂਲੇਸ਼ਨ ਸਟੈਬਲਾਈਜ਼ ਵੀ ਹੋ ਜਾਣੀ ਹੈ। ਦੂਸਰੇ ਅੰਕੜੇ ਇਹ ਵੀ ਨੇ ਕਿ ਉੱਥੇ ਫੂਡ ਸਿਕਿਉਰਿਟੀ ਜਿਹੜੀ ਹੈ ਉਹ ਇੰਨਾ ਚਿੰਤਾ ਨਹੀਂ ਰਹਿਣੀ। ਨਾਲ ਦੇ ਨਾਲ ਇੱਕ ਡਿਬੇਟ ਚੱਲੀ ਸੀ ਕਿ ਜਿਹੜਾ ਫੂਡ ਪ੍ਰੋਡਕਟ ਹੈ, ਅਨਾਜ ਹੈ, ਉਹ ਬੜੀ ਘੱਟ ਸਪੀਡ ਨਾਲ ਵੱਧਦਾ ਹੈ ਤੇ ਜਿਹੜੇ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਸਪੀਡ ਨਾਲ ਵੱਧਦੀ ਹੈ। ਇਹਦੇ ਬਾਰੇ ਵੀ ਤੈਅ ਹੋ ਗਿਆ ਕਿ ਪਾਪੂਲੇਸ਼ਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ, 100 ਸਾਲ ਪਹਿਲਾਂ ਜਦੋਂ ਇਹ ਗੱਲ ਡਿਬੇਟ ਚੱਲੀ ਸੀ ਤਾਂ ਪਾਪੂਲੇਸ਼ਨ ਹੁਣ ਉਸ ਤੋਂ ਕਈ ਗੁਣਾ ਵੱਧ ਗਈ ਹੈ ਔਰ ਫੂਡ ਸਿਕਿਉਰਿਟੀ ਉਸ ਤੋਂ ਕਈ ਗੁਣਾ ਵਧੀ। ਸੋ ਮੈਨੂੰ ਲੱਗਦਾ ਕਿ ਇਸ ਕਿਸਮ ਦਾ ਜਿਹੜਾ ਇੱਕ ਟੈਰਰ ਹੈ ਉਸ ਤੋਂ ਵੀ ਬਚਣ ਦੀ ਲੋੜ ਹੈ। ਤੇ ਜਦੋਂ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਤਹਿਤ ਇਹ ਪੇਟੈਂਟ ਹੋ ਜਾਂਦੀਆਂ ਨੇ ਚੀਜ਼ਾਂ, ਤਾਂ ਤੁਹਾਡੇ ਸਰਸੋਂ ਜੀ ਇਹ ਜਿਹੜੀ GM ਸਰਸੋਂ 'ਚ ਜਾਂ GM ਬ੍ਰਿੰਜਲ 'ਚ ਜਾਂ ਹੋਰ ਥਾਵਾਂ 'ਤੇ ਇਹ ਪੇਟੈਂਟ ਵੀ ਹੋਏਗੀ ਤੇ ਤੁਸੀਂ ਪੇਟੈਂਟ ਨੂੰ ਵਾਇਓਲੇਟ ਨਹੀਂ ਕਰ ਸਕਦੇ। ਸੋ ਇਹ ਜ਼ਿਆਦਾ ਨਾ ਸਮਾਂ ਲੈਂਦਾ ਹੋਇਆ ਮੈਂ ਇੱਥੋਂ ਕਹਾਂਗਾ ਕਿ ਦੇਖੋ ਜਿਵੇਂ ਕਾਨੂੰਨ ਉਹ ਲਾਗੂ ਹੁੰਦਾ ਜਿਹਨੂੰ ਲੋਕ ਮੰਨਣਾ ਚਾਹੁੰਦੇ ਨੇ, ਤੁਸੀਂ ਲੱਖ ਕਾਨੂੰਨ ਬਣਾ ਲਓ, ਇਸੇ ਤਰ੍ਹਾਂ ਟੈਕਨੋਲੋਜੀ ਜਾਂ ਨਵੀਂ ਕਰਾਪਸ ਉਹ ਲਾਗੂ ਹੋਣਗੇ ਜਿਹਨੂੰ ਲੋਕ ਮੰਨਣਾ ਚਾਹੁੰਦੇ। ਸੋ ਇੱਕ ਪਬਲਿਕ ਡਿਬੇਟ ਦੀ ਲੋੜ ਹੈ, ਤੁਸੀਂ ਮੰਨਣਾ ਕਿ ਨਹੀਂ ਮੰਨਣਾ। ਇਹ ਭੇਡ ਚਾਲ ਵੀ ਨਹੀਂ ਹੋਣੀ ਚਾਹੀਦੀ ਕਿ ਜੇ 2-3-4-5-7 ਸਾਲ BT ਕਾਟਨ ਬਹੁਤ ਵਧੀਆ ਰਹੀ ਤਾਂ ਉਸ ਤੋਂ ਬਾਅਦ ਉਹੀ ਕਲੇਮ ਜਿਹੜਾ BT ਕਾਟਨ 'ਤੇ ਕੀਤਾ ਜਾ ਰਿਹਾ ਸੀ ਕਿ ਕੋਈ ਬਿਮਾਰੀ ਨਹੀਂ ਲੱਗਦੀ, ਉਹਨੂੰ ਬਿਮਾਰੀ ਵੀ ਲੱਗੀ ਅਤੇ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਅਤੇ ਕਿਸਾਨ ਹੁਣ ਝੋਨਾ ਲਾਉਣ ਲੱਗ ਜਾਂਦੇ। ਸੋ ਇਹ ਸਾਰੇ ਪ੍ਰੋਸੈਸ 'ਚ ਮੈਨੂੰ ਲੱਗਦਾ ਕਿ ਮੈਂ ਸਾਇੰਟਿਸਟ ਤਾਂ ਨਹੀਂ ਪਰ ਇੱਕ ਜਿਹੜਾ ਸਿਨਾਰੀਓ ਗਲੋਬਲ ਬਣ ਰਿਹਾ ਅਤੇ ਕਿਸ ਕਿਸ ਦੇ ਹਿੱਤ ਵਿੱਚ ਭੁਗਤਣਾ ਇਹ ਸਾਰਾ ਦੇਖਣ ਦੀ ਲੋੜ ਹੈ। ਅਤੇ ਮੈਂ ਚਾਹਾਂਗਾ ਕਿ ਦਵਿੰਦਰ ਜੀ ਜਿਵੇਂ ਜਾਂ ਹੋਰ ਦੋਸਤ ਨੇ ਇਹ ਉਹ ਲੋਕ ਜਿਹੜੇ ਇਸ ਦੇ ਹੱਕ 'ਚ ਨੇ, ਉਹ ਜਿਹੜੇ ਸੂਝਵਾਨ ਲੋਕ ਜਿਹੜੇ ਇਸ ਦੇ ਵਿਰੋਧ ਨੇ ਉਹਨਾਂ ਦੀ ਲਗਾਤਾਰ ਪਬਲਿਕ ਡਿਬੇਟ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਇਹ ਇਸ਼ੂ ਸੈਟਲ ਨਹੀਂ ਹੋਣਾ ਕਿਉਂਕਿ ਉਹਨਾਂ ਫੋਰਸਿਸ ਕੋਲ ਵੀ ਬਹੁਤ ਢੰਗ ਤਰੀਕੇ ਨੇ, ਬਹੁਤ ਤਾਕਤ ਹੈ ਇਹ ਕਨਵਿੰਸ ਕਰਾਉਣ ਦੀ ਕਿ ਭਾਈ ਇਹ ਬਹੁਤ ਵਧੀਆ ਗੱਲ ਹੈ, ਪਰ ਉਸ ਨੂੰ ਕਾਊਂਟਰ ਕਰਨ ਲਈ ਤੇ ਸਿਰਫ ਇਹ ਕਹਿਣਾ ਕਿ ਚੰਗੀ ਗੱਲ ਨਹੀਂ ਹੈ, ਕਿਸੇ ਠੋਸ ਆਧਾਰ ਤੇ ਕਾਊਂਟਰ ਕਰਨ ਦਾ ਇਹ ਗੱਲ ਉਹ ਸਮਝਣਗੇ। ਅਦਰਵਾਈਜ਼ ਸ਼ਾਇਦ ਜੇ ਆਪਣੀ ਤਾਕਤ ਕਮਜ਼ੋਰ ਰਹੀ ਜਾਂ ਆਪਾਂ ਨਾ ਯੂਨਾਈਟ ਹੋ ਕੇ ਇਸ ਦੇ ਪ੍ਰਤੀ ਲੜੇ ਤਾਂ ਇਹ ਕਾਮਯਾਬੀ ਹੋ ਜਾਣਗੇ। ਸੋ ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਫਿਰ ਤੁਹਾਡਾ ਤੇ ਖੇਤੀ ਵਿਰਾਸਤ ਮੰਚ ਦਾ ਧੰਨਵਾਦੀ ਹਾਂ। ਥੈਂਕ ਯੂ। ਧੰਨਵਾਦ ਡਾਕਟਰ RS ਘੁੰਮਣ ਜੀ, ਬਹੁਤ ਹੀ ਵਿਸਥਾਰ ਨਾਲ, ਬਹੁਤ ਹੀ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ।